ਦੋਸਤੋ ਕੰਸਲਟੇਸ਼ਨ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਡਾਕੂਮੈਂਟਸ ਮੈਨੂੰ ਭੇਜ ਦਿਓ ਉੱਪਰ ਲਿਖਿਆ ਸਕਰੀਨ ਤੇ ਸੈਂਡ ਮੀ ਆਲ ਡਾਕੂਮੈਂਟਸ ਰਿਲੇਟਿਡ ਟੂ ਯੂਅਰ ਸਪਾਊਸ ਆਪਣੇ ਜੋ ਵੀ ਡਾਕੂਮੈਂਟਸ ਤੁਹਾਡੇ ਕੋਲ ਮੈਰਿਜ ਸਰਟੀਫਿਕੇਟ ਹੈ ਫੋਟੋਜ਼ ਹੈ ਚੈਟ ਹਿਸਟਰੀ ਹੈ ਇਨਕਮ ਸਟੇਟਮੈਂਟ ਹੈ ਟ੍ਰਿਪਸ ਲੈਣ ਤੁਸੀਂ ਵਿਜ਼ਿਟ ਕਰਨ ਲਈ ਜਾਂ ਕੋਈ ਫੋਟੋਗ੍ਰਾਫਸ ਹੈ ਹਨੀਮੂਨ ਫੋਟੋਗ੍ਰਾਫਸ ਵਗੈਰਾ ਵਗੈਰਾ ਜੋ ਵੀ ਕੁਛ ਹੈ ਸਾਰਾ ਪਹਿਲਾਂ ਮੈਨੂੰ ਭੇਜ ਦਿਓ ਵੀ ਵਿਲ ਐਨਾਲਾਈਜ਼ ਦੈਮ ਐਂਡ ਵੀ ਵਿਲ ਟੈਲ ਯੂ ਇਫ ਦੇਰ ਇਜ਼ ਐਨੀਥਿੰਗ ਮਿਸਿੰਗ ਜਾਂ ਕੋਈ ਇੰਪਰੂਵਮੈਂਟ ਕਰਨ ਦੀ ਲੋੜ ਹੈ ਸੋ ਇੱਕ ਫੋਰਮ ਭਰ ਕੇ ਦੇਣਾ ਹੈ ਹਾਰਡਲੀ ਵਿਲ ਟੇਕ ਫਿਊ ਮਿਨਟਸ ਕਰਕੇ ਦੇਖਦੇ ਹਾਂ ਕਿ ਵੀ ਕਿਸ ਤਰ੍ਹਾਂ ਭਰਨਾ ਹੈ ਫੋਰਮ ਸੋ ਮੈਂ ਟਾਈਪ ਕਰ ਰਿਹਾ ਦੇਖੋ ਮੈਂ ਇੱਕ ਡਮੀ ਬਣਾਇਆ ਅਕਾਊਂਟ ਆਪਣੇ ਲਈ ਸੋ ਅਮਰਜੋਤ ਸਿੰਘ ਆਲਰੇਡੀ ਆ ਗਿਆ ਆਪਣਾ ਈਮੇਲ ਐਡਰੈਸ ਲਿਖੋ ਤੁਸੀਂ ਵਟਸਐਪ ਐਡਰੈਸ ਆਪਣਾ ਜੋ ਵੀ ਹੈ ਜਿੱਥੇ ਅਸੀਂ ਕਾਲ ਕਰਨਾ ਹੈ ਸੋ 780 ਮੇਰਾ ਜਿਸ ਵੀ ਹੈ 7074831 ਇਸ ਤੋਂ ਬਾਅਦ ਇੱਕ ਬਾਕਸ ਵਿੱਚ ਇਹ ਹੈ ਸਾਰਾ ਆਪਣੀ ਰਿਲੇਸ਼ਨਸ਼ਿਪ ਹਿਸਟਰੀ ਲਿਖਣਾ ਸ਼ੁਰੂ ਕਰੋ ਕਿ ਵੀ ਅਸੀਂ ਕਿਸ ਤਰ੍ਹਾਂ ਪਹਿਲਾਂ ਮਿਲੇ ਹੈ ਆਈ ਫਸਟ ਮੈਟ ਇਨ ਮਾਈ ਸਪਾਊਸ ਐਂਡ ਮੇ ਬੀ ਇਨ ਸਕੂਲ ਐਂਡ ਵੀ ਸਟਾਰਟਡ ਮੀਟਿੰਗ ਐਕਸੈਕਟਰਾ ਐਕਸੈਕਟਰਾ ਜੋ ਵੀ ਕੁਛ ਹੈ ਇਹ ਸਾਰਾ ਤੁਸੀਂ ਆਪਣਾ ਥੋੜ੍ਹਾ ਬਹੁਤ ਬੈਕਗਰਾਊਂਡ ਲਿਖ ਸਕਦੇ ਹੋ ਜਿਹਦੇ ਨਾਲ ਮੈਨੂੰ ਪਤਾ ਲੱਗ ਜਾਏ ਕਿ ਵੀ ਤੁਹਾਡੀ ਰਿਲੇਸ਼ਨਸ਼ਿਪ ਕਿੱਦਾਂ ਸਟਾਰਟ ਹੋਈ ਹੈ ਇਹਦੇ ਬਾਅਦ ਜਿਹੜੇ ਸਾਰੇ ਡਾਕੂਮੈਂਟਸ ਹੈ ਸਟਾਰਟਿੰਗ ਵਿਦ ਰਿਫਿਊਜ਼ਲ ਲੈਟਰਸ ਹੈ ਹਸਬੈਂਡ ਤੋਂ ਉਹ ਹੌਲੀ ਹੌਲੀ ਕਰਕੇ ਤੁਸੀਂ ਅਪਲੋਡ ਕਰੋ ਮੈਕਸੀਮਮ ਸਾਈਜ਼ ਹੈ 500 MB ਕਰ ਸਕਦੇ ਹੋ ਤੁਸੀਂ ਮਲਟੀਪਲ ਫਾਈਲਸ ਵੀ ਕਰ ਸਕਦੇ ਹੋ ਅਗਰ ਜੇ ਕਰਨਾ ਹੈ ਸੋ ਕਰਕੇ ਦੇਖਦੇ ਹਾਂ ਕਿਸ ਤਰ੍ਹਾਂ ਅਪਲੋਡ ਹੁੰਦਾ ਹੈ ਮੈਂ ਕਲਿੱਕ ਕੀਤਾ ਅਪਲੋਡ ਮਲਟੀਪਲ ਫਾਈਲਸ ਤੋਂ ਦੇਖਦੇ ਹਾਂ ਕਿੱਥੇ ਤੱਕ ਪਾਲ ਬਣਦੀ ਇੱਕ ਡਮੀ ਅਕਾਊਂਟ ਮੈਂ ਬਣਾਇਆ ਹੋਇਆ ਸੋ ਮੈਂ ਦੋ ਤਿੰਨ ਮੈਂ ਦੇਖੋ ਕੰਟਰੋਲ ਕਰਕੇ ਤੁਸੀਂ ਕਲਿੱਕ ਕਰੋਗੇ ਮਾਊਸ ਤੋਂ ਕਾਫੀ ਸਾਰੇ ਡਾਕੂਮੈਂਟਸ ਇਹ ਸਾਰੇ ਕਲਿੱਕ ਹੋ ਕੇ ਅਪਲੋਡ ਹੋ ਜਾਣਗੇ ਦੇਖਦੇ ਹਾਂ ਕਿਸ ਤਰ੍ਹਾਂ ਹੋ ਰਿਹਾ ਦੇਖੋ ਅਪਲੋਡ ਹੋਏਗਾ ਇਹ ਸਾਰੇ ਅਪਲੋਡ ਹੋ ਰਹੇ ਹੈ ਡਿਪੈਂਡਿੰਗ ਔਨ ਦੀ ਕੰਪਿਊਟਰ ਸਪੀਡ ਜਾਂ ਤੁਹਾਡੇ ਜਿਹੜੇ ਫੋਨ ਦੀ ਸਪੀਡ ਤੋਂ ਡਿਪੈਂਡ ਕਰਦਾ ਹੈ ਸੋ ਇਟਸ 500 MB ਇਜ਼ ਅ ਲੋਟ ਆਫ ਸਪੇਸ ਸੋ ਯੂ ਕੈਨ ਅਪਲੋਡ ਐਵਰੀਥਿੰਗ ਜੇਕਰ ਤੁਸੀਂ ਕੈਂਸਲ ਕਰਨਾ ਤਾਂ ਕੈਂਸਲ ਕਰਕੇ ਇਹਨੂੰ ਤੁਸੀਂ ਵਿਦਡਰੋਅ ਵੀ ਕਰ ਸਕਦੇ ਹੋ ਮੈਰਿਜ ਇੰਗੇਜਮੈਂਟ ਫੋਟੋਜ਼ ਇਹ ਵੀ ਸਾਰੇ ਤੁਸੀਂ ਜਿੰਨੇ ਵੀ ਤੁਹਾਡੇ ਕੋਲ ਫੋਟੋ ਹੈ ਸਾਰੇ ਕਲਿੱਕ ਕਰ ਦਿਉ ਅਤੇ ਲੈਟ ਮੀ ਸੀ ਇਫ ਆਈ ਕੈਨ ਡੂ ਇਟ ਜੋ ਜੋ ਤੁਹਾਡੇ ਡਾਕੂਮੈਂਟਸ ਹੈ ਜਸਟ ਜਸਟ ਅ ਡਮੀ ਅਕਾਊਂਟ ਬਸ ਆਈ ਐਮ ਗੋਇੰਗ ਟੂ ਸ਼ੋ ਯੂ ਹੇਅਰ ਆਈ ਐਮ ਸੋਰੀ ਆਈ ਐਮ ਜਸਟ ਗੋਇੰਗ ਟੂ ਮੇਕ ਦਿਸ ਫਾਈਲ ਸਮਾਲਰ ਟੂ ਸ਼ੋ ਯੂ ਹਾਓ ਇਟ ਇਜ਼ ਡਨ ਐਂਡ ਜਸਟ ਬ੍ਰਿੰਗ ਦਿਸ ਯਾ ਨਾਓ ਯੂ ਕੈਨ ਸੀ ਇਟ ਸੋ ਇਹ ਡਾਕੂਮੈਂਟਸ ਮੈਂ ਅਪਲੋਡ ਸਿਲੈਕਟ ਕਰਕੇ ਅਪਲੋਡ ਕਰ ਲਏ ਸਾਰੇ ਅਪਲੋਡ ਹੋ ਰਹੇ ਹੈ ਸੋ ਚੈਟ ਹਿਸਟਰੀ ਜਿੰਨੀ ਵੀ ਤੁਹਾਡੀ ਚੈਟ ਹਿਸਟਰੀ ਹੈ ਦੇਖਦੇ ਹਾਂ ਚੈਟ ਹਿਸਟਰੀ ਆਈ ਮੀਨ ਕੁਡ ਬੀ ਐਨੀ Anyway, this is just a dummy account. So this is, for example, the chat history. ਇਹਨੂੰ ਮੈਂ ਕਲਿੱਕ ਕੀਤਾ ਅਤੇ ਚੈਟ ਹਿਸਟਰੀ ਅਪਲੋਡ ਹੋ ਰਹੀ ਹੈ ਤੁਹਾਡਾ ਜਿਹੜਾ ਸਟੱਡੀ ਪਰਮਿਟ ਹੈ ਵਰਕ ਪਰਮਿਟ ਹੈ ਇਨ ਕੈਨੇਡਾ ਉਹ ਮੈਨੂੰ ਤੁਸੀਂ ਦਿਖਾਓ ਕਿ ਜਸਟ ਟੂ ਸੀ ਕਿ ਹਾਓ ਲੌਂਗ ਇਟਸ ਵੈਲਿਡ ਕੋਈ ਉਹਦੇ ਵਿੱਚ ਪ੍ਰੋਬਲਮ ਤਾਂ ਨਹੀਂ ਹੈ ਮੇ ਬੀ ਦੇ ਸਮ ਰੈਸਟ੍ਰਿਕਸ਼ਨ ਆਨ ਇਟ ਔਰ ਸਮਥਿੰਗ ਵਟ ਐਵਰ ਜੋਬ ਲੈਟਰ ਹੈ ਪੇ ਸਟਬਸ ਐਂਡ ਬੈਂਕ ਸਟੇਟਮੈਂਟ ਇਨ ਕੈਨੇਡਾ ਆਈ ਨੀਡ ਟੂ ਸੀ ਦੋਜ਼ ਐਸ ਵੈਲ ਸੋ ਯੂ ਨੋ ਲੈਟਸ ਸੀ ਵਟ ਐਵਰ You know, I can click. Maybe host the sorry documents. I can click all the documents. I mean, just give you an example. I can click all of the documents. All of them will be, uploaded as separate files, multiple files, up to 500. Sare dekho, holi holi karke sare upload ho gaye. Depending on the computer speed. Income proof of the husband. Jede, India to income ho rahi hai. Jo bhi unhada job letter hai, J form hai, ya koi aur koi self-employed income hai. I need that to see that proof. ਕਿਉਂਕਿ ਇਨਕਮ ਦੇਖ ਕਰ ਹੀ ਫਿਰ ਵੀਜ਼ਾ ਦਾ ਫੈਸਲਾ ਹੁੰਦਾ ਹੈ ਅਗਰ ਇਨਕਮ ਜ਼ੀਰੋ ਹੈ ਤਾਂ ਬਹੁਤ ਮੁਸ਼ਕਿਲ ਹੈ ਕਿ ਵੀਜ਼ਾ ਲੱਗ ਜਾਏ ਆਲਰਾਈਟ ਸੋ ਜਸਟ ਆਈ ਨੀਡ ਟੂ ਸੀ ਦੈਟ ਇਨਕਮ ਇਨ ਐਡਵਾਂਸ ਹਸਬੈਂਡ ਦੀ ਜੋ ਬੈਂਕ ਸਟੇਟਮੈਂਟ ਹੈ 6 ਮਹੀਨੇ ਦੀ ਉਹ ਮੈਨੂੰ ਚਾਹੀਦੀ ਹੈ ਸੋ ਆਮ ਜਸਟ ਕਲਿੱਕ ਐਨੀ ਡਾਕੂਮੈਂਟ ਹੇਅਰ ਸੋ ਇਟਸ ਗੋਇੰਗ ਟੂ ਅਪਲੋਡ ਬਾਕੀ ਕੋਈ ਹੋਰ ਡਾਕੂਮੈਂਟ ਰਹਿ ਗਿਆ ਕੋਈ ਜੋ ਮਿਸਿੰਗ ਹੈ ਅਗਰ ਤੁਹਾਡੇ ਕੋਲ ਸਪੈਸ਼ਲ ਡਾਕੂਮੈਂਟਸ ਹੈ ਲੈਟਸ ਸੇ ਕਿ ਤੁਹਾਡਾ ਬੱਚਾ ਹੈ ਜਾਂ ਹੋਰ ਕੋਈ ਟਰੈਵਲ ਹਿਸਟਰੀ ਹੈ ਜਾਂ ਹੋਰ ਕੋਈ ਖਾਸੀ ਚੀਜ਼ ਹੈ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਮੈਂ ਉਹਨੂੰ ਸਟੱਡੀ ਕਰਾਂ You can upload this. So we have uploaded all the files here. Sari information upro parti hai. Te sare documents upload ho gaye. All we do is click on submit. Dekhne ki hunda hai. Please wait. Files sari upar chad rahi hai, ja rahi hai. Upload ho rahi hai. Cloud te ja ke transfer ho ke mainu email a jayegi. Email vich sare main documents tuhade pehla study karanga. Is tarah da message a gaya. Thank you. Submission has been received. ਫੋਨ ਨੰਬਰ ਮੇਰਾ ਲਿਖਿਆ ਹੋਇਆ ਬਿਟਵੀਨ 9 to 5 ਐਡਮਿੰਟਨ ਟਾਈਮ ਸੋ ਦੈਟਸ ਆਲ ਯੂ ਹੈਵ ਟੂ ਡੂ ਫਿਰ ਉਹਦੇ ਬਾਅਦ ਆਪਾਂ ਕੰਸਲਟੇਸ਼ਨ ਸ਼ੁਰੂ ਕਰਾਂਗੇ ਦੇਖਾਂਗੇ ਵੀ ਕਿੰਨੇ ਕੁ ਚਾਂਸਿਸ ਹੈ ਤੁਹਾਡੇ ਵੀਜ਼ਾ ਹੋਣ ਦੇ ਦੈਟਸ ਆਲ ਆਈ ਟੂ ਸੇ ਗੁੱਡ ਲੱਕ ਐਂਡ ਗੁੱਡ ਬਾਏ ਲੁੱਕ ਫਾਰਵਰਡ ਟੂ ਸੀ ਯੂਰ ਡਾਕੂਮੈਂਟ ਸੂਨ ਬਾਏ ਬਾਏ